ਈਟੀਟੀ ਟੈਟ ਪਾਸ ਦੇ ਲਈ ਇੱਕ ਅਪਡੇਟ ਆ ਚੁੱਕੀ ਹੈ, ਉਹਨਾਂ ਦੀ ਯੂਨੀਅਨ ਵੱਲੋਂ ਭੇਜੀ ਗਈ ਹੈ ਤੁਹਾਡੇ ਸਭ ਲਈ ਅਪਡੇਟ। ਸੋ ਜਿਹੜੇ ਵੀ ਇਹੋ ਜਿਹੇ ਸਟੂਡੈਂਟਸ ਜਿਹੜੇ ਕਿ ਈਟੀਟੀ ਟੈਟ ਪਾਸ ਹੈਗੇ ਆ, ਸੋ ਮੈਂ ਈਟੀਟੀ ਟੈਟ ਪਾਸ ਕਿਉਂ ਕਹਿ ਰਿਹਾ ਕਿਉਂਕਿ ਇਹ ਅਪਡੇਟ ਉਹਨਾਂ ਨੂੰ ਲੈ ਕੇ ਹੀ ਹੈ। ਜਿੱਦਾਂ ਕਿ ਤੁਹਾਨੂੰ ਪਤਾ ਮਾਸਟਰ ਕੈਡਰ ਲਈ ਵੀ ਅਪਡੇਟ ਆਈ ਹੈ, ਸੋ ਉਦਾਂ ਹੀ ਇਹਨਾਂ ਲਈ ਵੀ ਅਪਡੇਟ ਆਈ ਹੈ। ਸੋ ਅਪਡੇਟ ਇਹੀ ਹੈ ਕਿ ਜੋ ਵੀ ਇਹਨਾਂ ਦੀਆਂ ਮੰਗਾਂ ਹੈ, ਮੰਗਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਸਭ ਸਟੂਡੈਂਟਸ, ਤਾਂ ਗਾਈਜ਼ ਉਹ ਮੰਗ ਸਿਰਫ ਜੋਬ ਨੂੰ ਲੈ ਕੇ ਹੀ ਹੈ। ਤਾਂ ਇਹ ਮੀਟਿੰਗ ਦੇ ਦਿੱਤੀ ਗਈ ਹੈ ਸਿੱਖਿਆ ਮੰਤਰੀ ਸਾਹਿਬ ਦੇ ਨਾਲ। ਸੋ ਇਹ ਮੀਟਿੰਗ ਦਿੱਤੀ ਗਈ ਹੈ 9 ਅਗਸਤ ਨੂੰ 2024 ਨੂੰ, ਸਮਾਂ ਦਿੱਤਾ ਗਿਆ ਹੈ ਦੁਪਹਿਰੇ 12 ਵਜੇ ਦਾ। ਹਾਲਾਂਕਿ ਇਹ ਅਪਡੇਟ 28 ਜੁਲਾਈ ਦੀ ਹੈ, ਮੈਂ ਪਹਿਲਾਂ ਹੀ ਸਭ ਨੂੰ ਕਲੀਅਰ ਕਰ ਰਿਹਾ, ਬਟ ਹਾਂ ਠੀਕ ਹੈ, ਮੇਰਾ ਪਰਪਸ ਸੀਗਾ ਤੁਹਾਡੇ ਤੱਕ ਇਹ ਨਿਊਜ਼ ਪਹੁੰਚਾਉਣਾ। ਵੈਸੇ ਵੀ ਤੁਸੀਂ ਗਰੁੱਪ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਦੇਖ ਚੁੱਕੇ ਹੋ। ਸੋ 9 ਅਗਸਤ 2024 ਨੂੰ ਦੁਪਹਿਰ 12 ਵਜੇ ਇਹ ਮੀਟਿੰਗ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਵਿਖੇ, ਠੀਕ ਹੈ। ਐਂਡ ਮੀਟਿੰਗ ਦੇ ਵਿੱਚ ਯੂਨੀਅਨ ਦੇ ਮੈਂਬਰਸ ਨੂੰ ਕਿਹਾ ਗਿਆ 3 ਜਾਂ 4 ਸਾਥੀ ਦੇ ਸਮੇਤ ਪਹੁੰਚਣਾ ਯਕੀਨੀ ਬਣਾਇਆ ਜਾਏ, ਐਂਡ 1 ਘੰਟਾ ਉਹ ਪਹਿਲਾਂ ਪਹੁੰਚਣਗੇ। ਇਹ ਤਾਂ ਸਿਰਫ ਯੂਨੀਅਨ ਦੇ ਮੈਂਬਰਸ ਲਈ ਇੰਸਟਰਕਸ਼ਨ ਹੈ, ਤੇ ਕਿਉਂਕਿ ਉੱਥੇ ਪਾਸ ਬਣਾਇਆ ਜਾਏਗਾ, ਤੇ 3 ਤੋਂ 4 ਸਾਥੀ ਤੋਂ ਜ਼ਿਆਦਾ ਨਾ ਹੋਣ। ਇਹ ਵੀ ਗੱਲ ਤੁਸੀਂ ਜਿਹੜਾ ਹੈਗਾ ਹੈ ਉਹ ਬਿਲਕੁਲ ਇੱਥੇ ਰਿਲੇਟ ਕਰੋਗੇ ਜੀ, ਠੀਕ ਹੈ। ਐਂਡ ਬਾਕੀ ਕੋਈ ਹੋਰ ਵੀ ਅਪਡੇਟ ਹੁੰਦੀ ਹੈ ਕਿਸੇ ਸਰਕਮਸਟਾਂਸਿਸ ਦੇ ਕਰਕੇ ਤੁਹਾਨੂੰ ਦੱਸ ਦਿੱਤਾ ਰਹੇਗਾ। ਕੋਈ ਵੀ ਅਗਲੀ ਅਪਡੇਟ ਆਏਗੀ ਤਾਂ ਤੁਹਾਨੂੰ ਗਾਈਸ ਐਸੇ ਜਿਹੜਾ ਹੈਗਾ ਹੈ ਆਪਣੇ ਟੈਲੀਗ੍ਰਾਮ ਚੈਨਲ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੀ ਦੀ ਸਾਰੀ ਜਾਣਕਾਰੀ ਦੇ ਦਿੱਤੀ ਜਾਏਗੀ। ਤਾਂ ਤੁਸੀਂ ਟੈਲੀਗ੍ਰਾਮ ਚੈਨਲ ਜ਼ਰੂਰ ਤੋਂ ਜੁਆਇਨ ਕਰ ਲੈਣਾ, ਜੋ ਵੀ ਅਗਲੀ ਅਪਡੇਟ ਆਏਗੀ ਤਾਂ ਯੂਨੀਅਨ ਦੇ ਮੈਂਬਰ ਜਿਵੇਂ ਸਾਡੇ ਤੱਕ ਪਹੁੰਚਾਉਣਗੇ, ਸੋ ਅਸੀਂ ਤੁਹਾਡੇ ਤੱਕ ਉਹ ਸਾਂਝਾ ਕਰਾਂਗੇ ਜੀ। ਓਕੇ ਜੀ, ਬਾਕੀ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੈ ਜੋ ਕਿ ਤੁਸੀਂ ਯੂਨੀਅਨ ਦੇ ਮੈਂਬਰਸ ਤੋਂ ਪੁੱਛਣਾ ਚਾਹੁੰਦੇ ਹੋ, ਉਹਨਾਂ ਨਾਲ ਜੁੜਨਾ ਚਾਹੁੰਦੇ ਹੋ, ਤਾਂ ਐਸੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਿਹੜਾ ਹੈਗਾ ਹੈ ਤੁਸੀਂ ਆਪਣਾ ਕਮੈਂਟ ਰੱਖ ਦੇਣਾ। ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਈਟੀਟੀ ਟੈਟ ਪਾਸ ਯੂਨੀਅਨ ਜਿਹੜੇ ਹੈਗੇ ਆ ਮੈਂਬਰਸ, ਤਾਂ ਉਹ ਤੁਹਾਡੀ ਉਹਨਾਂ ਚੀਜ਼ਾਂ ਦੇ ਲਈ ਰਿਪਲਾਈ ਵੀ ਦੇਣ, ਨਹੀਂ ਤਾਂ ਅਸੀਂ ਖੁਦ ਵੀ ਤੁਹਾਨੂੰ ਰਿਪਲਾਈ ਉਸ ਮਾਮਲੇ ਵਿੱਚ ਜ਼ਰੂਰ ਤੋਂ ਕਰਾਂਗੇ ਜੋ ਵੀ ਔਥੈਂਟਿਕ ਹੋ ਪਾਏਗਾ। ਓਕੇ ਜੀ, ਸੋ ਮੈਂ ਅਨਮੋਲ ਅਰੋੜਾ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਊਂਗਾ। ਧੰਨਵਾਦ ਜੀ।